ਅਸਲਾਮ ਵਾਲੇਕੁਮ ਵੀਰ, ਮੈਂ ਮਲਿਕ ਅੰਸਰ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੁੰਡਾ, ਅਤੇ ਅੱਜ ਤੁਹਾਡੇ ਇੱਥੇ ਗਾਂ ਲੈ ਕੇ ਆਇਆ ਫਾਰ ਸੇਲ, ਜੋ ਨਵੀਂ ਨਵੀਂ ਅਜੇ ਆਈ ਹੈ। ਚਾਰੇ ਥਾਣੇ ਨੇ ਅਵਾਨਾ, ਤੁਹਾਨੂੰ ਜ਼ੂਮ ਕਰਕੇ ਵਿਖਾ ਦਿੱਤਾ, ਤੁਸੀਂ ਖੁਦ ਵੀ ਵੇਖ ਸਕਦੇ। ਅਗਲੇ ਕੁਰਨ ਵਿਵਰ, ਅਗਰ ਦੁੱਧ ਦੀ ਗੱਲ ਕਰੇ ਤਾਂ ਦੁੱਧ ਦਿੰਦਾ ਓਨਰ ਦੇ ਮੁਤਾਬਕ 8 ਕਿਲੋ ਹੈ। ਇਹਦੇ ਮਗਰ ਵੱਛੀ ਜੀ ਪਿੱਛੇ ਤੋਂ ਵੱਛੀ ਜੀ ਇਹਨੇ ਮਗਰ ਪੈਰਾਂ ਤੋਂ ਲੱਗ ਕੇ ਤੁਹਾਨੂੰ ਵਿਖਾ ਦਿੰਦੇ। ਇਹ ਲਾਲ ਰੰਗ ਦੀ ਵੱਛੀ, ਇਸ ਗਾਂ ਦੀ। ਇਸ ਤੋਂ ਇਲਾਵਾ ਇਹ ਗਾਂ ਵੀ ਫਾਰ ਸੇਲ ਜੀ। ਇਸ ਗਾਂ ਦਾ ਵੀ ਵੱਛਾ ਹੈ, ਇਹ ਵੱਛਾ ਤੁਹਾਨੂੰ ਦਿਖਾ ਦਿੰਦੇ ਜ਼ੂਮ ਕਰਕੇ ਵੀ। ਇਹ ਬੱਚਾ ਐਸ ਕੋ ਗਾਂ ਦਾ, ਐਸ ਕੋਨੀ ਗਾਂ ਦਾ ਇਹ ਬੱਚਾ। ਵੀਵਰ ਡਿਮਾਂਡ ਤੁਹਾਨੂੰ ਬਾਹਰ ਦੱਸਣੇ ਤਿੰਨਾਂ ਦੀ, ਇੱਕ ਹੈ ਵੱਡੀ ਗਾਂ ਵੀ ਜੇ ਕੋਈ ਖੁਆਇਸ਼ਮੰਦ ਹੋਵੇ ਤਾਂ। ਓਨਰ ਦੇ ਮੁਤਾਬਕ ਕਹਿੰਦੇ ਥੱਲੇ ਦੁੱਧ ਜੇ 10 ਕਿਲੋ। ਇਸ ਤੋਂ ਇਲਾਵਾ ਆਇਆ ਉਹਨੇ ਲਾਲ ਗਾਂ, ਇੱਧਰ ਆ ਥੋੜ੍ਹੀ ਦੱਸ ਦੇ ਦੁੱਧ ਇੰਨਾ ਕੌਣ ਪਾ ਤੈਨੂੰ। ਇੱਕ ਡੱਬੀ ਜੀ ਇਹ ਵੱਛੀ, ਉਹਦੇ ਥੱਲੇ ਜਿਹਦੇ ਥੱਲੇ 10 ਕਿਲੋ ਤੁਹਾਨੂੰ ਦੁੱਧ ਦੱਸਿਆ, ਉਹ ਪਹਿਲੀ ਗਾਂ ਜਿਹੜੀ ਵੱਡੀ ਗਾਂ ਹੈ ਉਹ ਵਾਲੀ, ਇਹ ਗੋਰੀ ਵੱਛੀ ਪੈਰ ਵੱਛੀ। ਇਹ ਵੱਛੀ ਹੈਗੀ ਜੀ ਇਸ ਗਾਂ ਥੱਲੇ, ਥਲ ਜੀ ਤਰੇਲ ਦੇ, ਇਹਦੇ ਚਾਰੇ ਥਣ ਨੇ ਲਾਲ ਗਾਂ ਦੇ। 6 ਕਿਲੋ ਦੁੱਧ ਦੇ ਅਤੇ ਓਨਰ ਦੇ ਮੁਤਾਬਕ 85,000 ਨੇ ਡਿਮਾਂਡ ਕਰਦੇ ਸੀ, ਇਹਦਾ 8 ਕਿਲੋ ਹੈ, ਕਹਿੰਦਾ 1,60,000 ਕਰਦੇ ਨੇ ਅਤੇ ਉਹਦਾ 6 ਕਿਲੋ ਹੈ 1,50,000। ਅਤੇ ਇਹਦੀ ਡਿਮਾਂਡ ਤੁਹਾਨੂੰ ਬਾਬੇ ਕੋਲ ਆਪ ਕਰਾਉਣੇ ਵੱਡੀ ਗਾਂ ਦੀ, ਕਿਉਂਕਿ ਉਹਦੀ ਗਾਂ ਹੈ। ਇਹਦਾ ਵੀ 85, 6 ਕਿਲੋ ਦੁੱਧ। ਵੀਰ ਇਹਨੇ ਮਾਲਕ ਇਸ ਵੱਡੀ ਗਾਂ ਦੇ, ਅਤੇ ਮਗਰ ਬੱਚੀ ਤੁਹਾਨੂੰ ਵਿਖਾਈ ਹੈ ਡਿਮਾਂਡ, ਇਹਦਾ ਮੂੰਹ ਤੁਸੀਂ ਸੁਣ ਲਓ। ਇਹਦਾ ਮੁੱਲ ਕੀ ਹੈ? 4 ਲੱਖ ਰੁਪਈਆ ਵਕਦੀ ਗਾਂ 7 ਮਹੀਨੇ। 7 ਮਹੀਨੇ ਨੀ ਵਕਦੀ? ਹਾਂ, ਵੱਛੀ ਨਾਲੇ 4 ਲੱਖ ਹੈ। ਵੱਛੀ ਰੱਖਣੀ ਵੱਛੀ ਰੱਖਣੀ ਵਕਦੀ ਸਹੀ।